ਸਾਡੇ ਅੱਜ ਮਹਿਮਾਨ ਨੇ ਜਨਾਬ ਦਾ ਲੈਜੈਂਡ ਸੁਪਰਸਟਾਰ ਅਸਲ ਚਿੱਟਾ ਸਾਹਿਬ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਚਿੱਟਾ ਸਾਹਿਬ ਸੁਣਾਓ ਕੀ ਹਾਲ ਹੈ ਜੀ ਬ੍ਰੋ ਅੱਲਾਹ ਪਾਕ ਦਾ ਸ਼ੁਕਰ ਹੈ ਤੁਸੀਂ ਸੁਣਾਓ ਕਿਉਂ ਪਹਿਲਾਂ ਸੱਟਾ ਲੱਗੀ ਹੈ ਤੁਹਾਨੂੰ ਜੀ ਹਾਲ ਕਿਉਂ ਪਹਿਲੇ ਪੁੱਛਿਆ ਮੈਂ ਕਿਹਾ ਪੁੱਛਣਾ ਚਾਹੀਦਾ ਨਾ ਮੁਸਲਮਾਨ ਦਾ ਇੱਕ ਫਰਜ਼ ਬਣਦਾ खुराक ये अपने को खाओ तो फिर जरा एहतियात नहीं है फिर तुम नहीं नहीं मतलब मैं किसी की मैदा शिकने नहीं चाहता मैं कहना घर की हो बहर की हो खुराक तो खुराक हम देखो ना आज जिथे रेंदे हैं उत्थे कोई ताकतवर चीज़ नहीं मिलती अगर मिलती होंगी वह भी बढ़िया बुलाया होंगे एडा मुक्त सिर ना होंगे हम थोड़े इलाके ज्यादा बांस का काम से पौड़ी का काम से सफेदी उधर ज्यादा सी तुसी तां कद काट कट के वरना एडा कद साडी हुकूमत दे पाकिस्तान दा इजाजत नहीं जी मुसलमान दी की है तुस अपने आप ने लाल लंदे ओ कभी भाई जिथे रहंदे ने ओथे सी सूती वाली सिर्फ ढिड वाडा जेड़ा ढिड वाडा नु कुआं कहंदे अच्छा 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 ता ये तुसी समझदे ठीक 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 नहीं नहीं मैं सुनया है वैसे तुसी कुश्तियां लड़ियां ने हां जी हां जी मैं अल्हम्दुलिल्लाह पंजाब लेवल तक गया इन्होंने कुश्तियां नहीं इन्होंने कश्तियां लड़ी अच्छा 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 तने जेर जबर दी तमीज नु ते पेश आंदी है यूनिवर्सिटी स्पोर्ट्स आला उथे ज्यादा ट्रेनिंग होती है साडी यूनिवर्सिटी स्पोर्ट्स हां जी मैं मानदा हूं तन्नू वर्ण किने देता उथे यार ਨਾ ਤੁਸੀਂ ਆਪ ਨੇ ਕਿ ਤੁਹਾਨੂੰ ਪਤਾ ਨਹੀਂ ਸਪੋਰਟਸ ਹਾਲ ਉਤੇ ਹੈਗਾ ਉਸ ਦੌਰ ਚ ਭਾਜੀ ਕਦੇ ਕਿ ਉਸ ਦੌਰ ਦੇ ਵਿੱਚ ਨਹੀਂ ਚੱਲਦੇ ਆ ਖਾਣ ਪੀਣ ਦੇ ਤੁਸੀਂ ਹੀ ਤਾਰਕ ਬਣ ਜਾ ਆਪ ਆਹੋ ਦੇਖ ਲਓ ਖਾ ਰੋਟੀ ਤੁਹਾਡੇ ਵੱਲ ਦੇਖ ਕੇ ਮੈਂ ਅਕਸਰ ਇੰਜ ਇਕੱਠੀ ਹੁੰਦੀ ਦੇਖੀ ਹੈ ਤੇ ਇਹਨੇ ਮੇਰੀ ਕੋਈ ਬੁਰਕੀ ਕਰਨੀ ਹਾਲਾਂਕਿ ਮੈਂ ਪੂਰੇ 100 ਗ੍ਰਾਮ ਦੀ ਅੱਛਾ ਤੁਸੀਂ ਇਸ ਕਿਸਮ ਦੀ ਕਈ ਬਣਾਉਂਦੇ ਆ ਜਿਵੇਂ ਸਾਡੀ ਖਾੜੇ ਚ ਨਹੀਂ ਅਸੀਂ ਹਾਂ ਕਾੜਾ ਬੋਲਦੇ ਸਾਂ ਹਾਂ ਇੰਜ ਦੀ ਤੁਸੀਂ ਉਹ ਚੱਪੂ ਜਿਹਾ ਬਣਾ ਕੇ ਆ ਕਰਦੇ ਆ उम्र मेरा वीर पहले दुकान आके मिलता खास करम क्योंकि अल्लाह ने लिखा ਉਹ ਦੇਣਾ ਹੀ ਆ ਇਨਸਾਨ ਦਾ ਵਾਹਮ ਕਮਾਪ ਨਹੀਂ ਹੁੰਦਾ ਨਹੀਂ ਗੱਲ ਹੈ ਜੀ ਭਵਾਂ ਭਵਾਂ ਭਾਜੀ ਤੁਹਾਡੀ ਦੁਕਾਨ ਤੇ ਦੇਵੇ ਭਵਾਂ ਬਾਹਰ ਦੇਵੇ ਰਿਸਕ ਜਿਹੜਾ ਵਾ ਉਹ ਬੋਧਲ ਦੇ ਲਿਖਿਆ ਆ ਇਹ ਘਰੋਂ ਨਿਕਲਦੇ ਹੀ ਰਿਸਕ ਲੈ ਕੇ ਨਾ ਜਾ ਉੱਥੇ ਵੀ ਰਿਸਕ ਆ ਉੱਥੇ ਵੀ ਰਿਸਕ ਆ ਇਹ ਬੋਧਲ ਦੇ ਦਿੰਦਾ ਸਜਾ ਜਾਨੀ ਹੈ ਉਹ ਤੇ ਅੱਲਾ ਮਾਫੀ ਦੇਵੇ ਜਾਨੀ ਤੇ ਬਿਲਕੁਲ ਜਾਹਲ ਆਦਮੀ ਆ ਕਾਣ ਜੀ ਅੱਛਾ ਉਹਦਾ ਮੈਦਾ ਹੈਗਾ ਤਾਂਬੇ ਦਾ ਤੁਹਾਡਾ ਇਹਦਾ ਮੈਦਾ ਮੈਦਾ दोस्त बैठे होंगे
ਉਹ ਜੂੰ ਹੀ ਵੱਜਦਾ ਤੇ ਉੱਠ ਕੇ ਟੁਰ ਪੈਂਦੇ ਉਹਨੇ ਵੀ ਵਾਜਾ ਵੱਜ ਰਿਹਾ ਵੱਜਦਾ ਬਹੁਤ ਦੇ ਸੁਦਾ ਇਹਨਾਂ ਦਾ ਉਹ ਸਾਡਾ ਜਿਹੜਾ ਜੀ ਵਾਜਾ ਜੀ ਉਹਦੀ ਆਵਾਜ਼ ਹੁੰਦੀ ਆ ਅਗਰ ਮਹਿਫਲ ਵੱਡੀ ਹੋਵੇ ਤੇ ਉਹਦੀ ਆਵਾਜ਼ ਘਟਾ ਲੈਂਦੀ ਆ ਜੇ ਮਹਿਫਲ ਬਹੁਤ ਹੈਵੀ ਹੋਵੇ ਤੇ ਉਹਦੇ ਨਾਲ ਇਹ ਜੀ ਕਿ ਮੈਦੇ ਦਾ ਮਤਲਬ ਬੜਾ ਅਮਲ ਲੱਗ ਲੱਗ ਉਹ ਸੁਰਾਂ ਨਾਲ ਸੁਰ ਅੱਛਾ ਸੁਰ ਦਾ ਤੇ ਮੈਦੇ ਦਾ ਤਲਕ ਆ ਅੱਛਾ ਇਹ ਮੈਦਾ ਵਜਾਉਣਾ ਹਰ ਬੰਦੇ ਦਾ ਕੰਮ ਨਹੀਂ ਠੀਕ ਆ ਜੀ ਅੱਜ ਜੇ ਮਤਲਬ ਪਿੰਡਾਂ ਦਾ ਹਾਂਜੀ ਹਾਂਜੀ ਮੈਦਾ ਠੀਕ ਹੋਵੇ ਤੇ ਸੁਰ ਅੱਛਾ ਨਾ ਮੈਦਾ ਡਿਸਟਰਬ ਹੋਵੇ ਫਿਰ ਉਹਦੀ ਤਿੰਨ ਸ਼ਕਲਾਂ ਬਣ ਜਾਂਦੀਆਂ ਸਾਂ ਦੱਸਿਆ ਨਾ ਹੁਣ ਦੇਖੋ ਨਾ ਜਿਹੜੇ ਪਿੰਡਾਂ ਤਾਵਾਂ ਦੇ ਮੈਦੇ ਆ ਉਹਨਾਂ ਦਾ ਸੁਰ ਨਾਲ ਤੇ ਤਲਕ ਹੁੰਦਾ ਲੈ ਨਾ ਕੋਈ ਤਲਕ ਨਹੀਂ ਪਰ ਲੈ ਦੇ ਨਾ ਤਲਕ ਲੈ ਦੇ ਨਾ ਤਲਕ ਇੱਕ ਹੱਥ ਲੈ ਦੂਜੇ ਹੱਥ ਨੂੰ ਪਤਾ ਲੱਗਿਆ ਹਾਂ